ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਤੋਂ ਬਾਅਦ ਇੱਕ ਚਾਰ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਤੇ ਇੰਨੀ ਜ਼ੋਰਦਾਰ ਟੱਕਰ ਰਹੀ ਹੈ ਕਿ ਚਾਰੇ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ। ਸੜਕ ਤੇ ਇਹਨਾਂ ਗੱਡੀਆਂ ਦੇ ਪੁਰਜੇ ਹੀ ਖਿਲਰੇ ਮਿਲੇ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਦੀਆਂ ਲੱਤਾਂ ਤੱਕ ਟੁੱਟ ਗਈਆਂ ਨੇ। ਦੱਸਿਆ ਜਾ ਰਿਹਾ ਕਿ ਸੜਕ ਵਿਚਾਲੇ ਇੱਕ ਟਰਾਲਾ ਖੜਾ ਸੀ ਜਿਸ ਨੂੰ ਪਾਰ ਕਰਨ ਲੱਗਿਆ ਬੋਲੇਰੋ ਗੱਡੀ ਦੀ ਸਾਹਮਣੇ ਤੋਂ ਆ ਰਹੀ ਮਹਿੰਦਰਾ ਦੇ ਨਾਲ ਜ਼ੋਰਦਾਰ ਟੱਕਰ ਹੋ ਜਾਂਦੀ ਹੈ, ਜਿਸ ਤੋਂ ਬਾਅਦ ਅਜੇ ਇਹ ਚੰਗੀ ਤਰ੍ਹਾਂ ਸੰਭਲੇ ਵੀ ਨਹੀਂ ਹੁੰਦੇ ਕਿ ਪਿੱਛੋਂ ਦੋ ਹੋਰ ਕਾਰਾਂ ਇਹਨਾਂ ਦੇ ਵਿੱਚ ਆ ਕੇ ਵੱਜਦੀਆਂ ਨੇ। ਚਾਰ ਗੱਡੀਆਂ ਦੀ ਟੱਕਰ ਹੋ ਜਾਂਦੀ ਹੈ ਜਿਸ ਵਿੱਚ ਬੋਲੇਰੋ ਸਵਾਰ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਇੱਕ ਨੌਜਵਾਨ ਦੱਸਿਆ ਜਾ ਰਿਹਾ ਕਿ ਉਸਦੀਆਂ ਲੱਤਾਂ ਤੱਕ ਟੁੱਟ ਗਈਆਂ ਨੇ, ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਮੋਗਾ ਦੇ ਕੋਟੀ ਸਿਖਾਂ ਰੋਡ ਤੇ ਵਾਪਰਿਆ। ਪਿੰਡ ਲੋਹਾਰਾ ਦੇ ਨਜ਼ਦੀਕ ਸੰਘਣੇ ਧੁੰਦ ਦੇ ਚੱਲਦਿਆਂ ਹੀ ਇਹ ਹਾਦਸਾ ਹੋਇਆ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਕਈ ਘੰਟਿਆਂ ਤੱਕ ਆਵਾਜਾਈ ਠੱਪ ਰਹੀ, ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਸੜਕਾਂ ਤੇ ਲੱਗ ਗਈਆਂ ਅਤੇ ਇਸ ਦੌਰਾਨ ਸੜਕ ਦੇ ਉੱਤੇ ਸਿਰਫ ਇਹਨਾਂ ਨੁਕਸਾਨੀਆਂ ਹੋਈਆਂ ਗੱਡੀਆਂ ਦੇ ਪੁਰਜੇ ਹੀ ਖਿਲਰੇ ਹੋਏ ਮਿਲੇ। ਕੁਝ ਗੱਡੀਆਂ ਨੂੰ ਤਾਂ JCB ਦੀ ਮਦਦ ਦੇ ਨਾਲ ਝਾੜੀਆਂ ਚੋਂ ਬਾਹਰ ਵੀ ਕੱਢਿਆ ਗਿਆ। ਲਾਲ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਪਰ ਇਹ ਜ਼ਰੂਰ ਸਾਹਮਣੇ ਆ ਰਿਹਾ ਕਿ ਸੰਘਣੀ ਧੁੰਦ ਹੋਣ ਦੇ ਚੱਲਦਿਆਂ ਹੀ ਇਹ ਹਾਦਸਾ ਵਾਪਰਿਆ ਹੈ। ਇਸ ਲਈ ਹੀ ਅਹਤਿਆਤ ਵਰਤਣ ਲਈ ਕਿਹਾ ਜਾਂਦਾ ਹੈ ਕਿ ਸੰਘਣੀ ਧੁੰਦ ਦੇ ਵਿੱਚ ਰਿਫਲੈਕਟਰ ਲਗਾ ਕੇ ਤੇ ਵਾਹਨਾਂ ਦੀ ਰਫ਼ਤਾਰ ਘੱਟ ਰੱਖੀ ਜਾਏ, ਨਹੀਂ ਤਾਂ ਹੋਰ ਵੱਡੇ ਹਾਦਸੇ ਵਾਪਰ ਸਕਦੇ ਨੇ। ਇੰਡੀਕੇਟਰ ਲੈ ਮੇਰਾ ਨਾਮ ਰਘਵੀਰ ਸਿੰਘ ਹੈ ਜੀ, ਪਿੰਡ ਲੁਹਾਰਾ ਜੀ। ਇਹ ਜੀ ਆ ਗੱਡੀ ਨਾਲ ਜਾਣੀ ਕਿ ਵੀ ਟਰਾਲੇ ਵਾਲਾ ਪਾਸ ਲੱਗਾ ਸੀ ਕਾਰਨ ਮੂਹਰੇ ਇੰਡੀਕੇਟਰ ਲਾ ਕੇ ਕੋਈ ਗੱਡੀ ਖੜਾਈ ਖੜਾ ਸੀਗਾ, ਇਹ ਲੱਗਾ ਸੀਗਾ ਪਾਸ ਕਰਨ। ਜਦੋਂ ਪਾਸ ਕਰਨ ਲੱਗਾ ਤਾਂ ਮੂਹਰਿਓਂ ਬਲੈਰੋ ਗੱਡੀ ਆਉਂਦੀ ਸੀ ਮਹੰਤਾਂ ਦੀ, ਅਤੇ ਪਹਿਲਾਂ ਗੱਡੀ ਇਹ ਵੱਜੀ, ਉਸ ਤੋਂ ਬਾਅਦ ਗੱਡੀਆਂ ਮਗਰ ਹੋਰ ਆ ਰਹੀਆਂ ਸੀਗੀਆਂ, ਤਿੰਨੇ ਚਾਰੇ ਮੁੜ ਕੇ ਨੋਵਾ ਇੱਕ ਦੂਜੇ 'ਚ ਵੱਜੀ ਗਈਆਂ ਜੀ। ਇਹ 9 ਵਜੇ ਦੀ ਨੁਕਸਾਨ ਤਾਂ ਜੀ ਸਾਰੀਆਂ ਗੱਡੀਆਂ ਦਾ ਜੀ ਲੱਖ ਲੱਖ ਤੋਂ ਤਾਂ ਆਈ ਆ। ਹਾਂਜੀ ਇੱਕ ਮੁੰਡਾ ਜ਼ਖਮੀ ਹੋਇਆ ਜੀ, ਉਹਦੇ ਲੱਤਾਂ 'ਤੇ ਜਾਣ ਕੇ ਵੀ ਸੱਟਾਂ ਜ਼ਿਆਦਾ ਵੱਜੀਆਂ ਹੋਈਆਂ। ਬਲੈਰੋ ਵਾਲੇ ਜੀ, ਬਲੈਰੋ ਵਾਲੇ ਦੇ ਜ਼ਿਆਦਾ ਵੱਜੀਆਂ। ਕੀ ਨਾਮ ਹੈ ਵੀਰ ਤੁਹਾਡਾ? ਅਮਨਦੀਪ ਸਿੰਘ ਜੀ। ਅਮਨਦੀਪ ਕੀ ਹੋਇਆ ਇੱਥੇ? ਇੱਥੇ ਧੁੰਦ ਵਾਲੀ ਪਈ ਹੋਈ ਸੀਗੀ ਜੀ, ਮੂਹਰੇ ਛਾਪੇ ਰੱਖੇ ਹੋਏ ਸੀਗੇ ਅਤੇ ਉਹਦੇ ਕਰਕੇ ਇੱਥੇ ਗੱਡੀ ਹੌਲੀ ਕਰ ਲਈ, ਮਗਰ ਉਹ ਗੱਡੀ ਨੋਵਾ ਆਈ ਮਗਰੋਂ, ਉਹ ਗੱਡੀ ਵਾਲੀ ਸਪੀਡ ਨਾਲ ਸੀਗੀ, ਉਹਨੇ ਲਿਆ ਕੇ ਪਿੱਛੇ ਦਾੜਦੇ ਨੇ ਮਾਰੇ। ਕਿੰਨੀਆਂ ਗੱਡੀਆਂ ਵੱਜੀਆਂ ਆਪਸ? ਆਪਸ ਆਪਣੀਆਂ ਨਹੀਂ, ਦੋ ਹੀ ਸੀਗੀਆਂ। ਗਾਂ ਪਹਿਲਾਂ ਵੱਜਿਆ ਸੀ ਟਰਾਲਾ, ਉਹ 9 ਵਜੇ ਦਾ ਕੰਮ ਹੋਇਆ ਹੋਇਆ ਸੀ। ਟਰਾਲਾ ਕੀ ਵਿੱਚ ਵੱਜਿਆ ਸੀਗਾ? ਉਹ ਮਿੰਦਰਾ ਕੇ ਪਿੱਛੇ। ਨੁਕਸਾਨ ਵੀ ਹੋਇਆ? ਜ਼ਖਮੀ ਵੀ ਹੋਏ? ਨਹੀਂ ਨਹੀਂ ਜ਼ਖਮੀ ਨਹੀਂ ਹੋਏ, ਟਰਾਲੇ ਵਾਲੇ ਹੋਏ ਹੋਏ ਨੇ। ਕਿੱਥੇ ਜਾ ਰਹੇ ਸੀ ਤੁਸੀਂ? ਅਸੀਂ ਮੋਗੇ ਚਲੇ ਦਵਾਈ ਲੈਣ। ਹਾਂਜੀ ਅਸੀਂ ਲੁਹਾਰੇ ਤੋਂ। ਹਾਂਜੀ ਹਾਂਜੀ ਧੁੰਦ ਕਰਨੀ ਬਸ।